ਭਾਰਤ ਦੇ ਆਰਥਿਕ ਖੇਤਰ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ ਅਤੇ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਵਿੱਚੋਂ ਕਾਫੀ ਇਸ ਦੇਸ਼ ਵਿੱਚ ਰਹਿ ਰਹੇ ਹਨ। ਪਰ ਇਸ ਸਫਲਤਾ ਅਤੇ ਉੱਨਤੀ ਦੀ ਪਰਛਾਈ ਹੇਠਾਂ ਗਰੀਬੀ ਅਜੇ ਵੀ ਫੈਲ ਰਹੀ ਹੈ। ਬਾਹਰਲੇ ਮੁਲਕਾਂ ਵਿੱਚ ਆਏ ਹੋਏ ਭਾਰਤੀ ਇਹਨਾਂ ਗਰੀਬਾਂ ਦੀ ਮਦਦ ਕਰਨ ਵਾਸਤੇ ਇੱਕ ਹੱਦ ਤੱਕ ਕੋਸ਼ਿਸ਼ ਕਰ ਰਹੇ ਹਨ। ਇਹੋ ਜਿਹੀ ਸੰਸਥਾ BC ਦੀ ਇੱਕ ਸਥਾਨਕ ਮਹਿਲਾ ਨੇ 8 ਸਾਲ ਪਹਿਲਾਂ ਸ਼ੁਰੂ ਕੀਤੀ, ਜਿਸ ਦਾ ਨਾਮ ਹੈ ਗੁਰਦਾਸੀ ਫਾਊਂਡੇਸ਼ਨ। ਮੈਂ ਇੰਡੀਆ ਗਈ ਸੀਗੀ ਅਤੇ ਮੈਂ ਆਪਣੇ ਘਰ ਦੇ ਨੇੜੇ ਦੇਖਿਆ, ਉੱਥੇ ਸਲੰਮ ਸੀਗੀਆਂ, 100 ਸਲੰਮਸ। ਮੈਂ ਰਹਿੰਦੀ ਹਾਂ ਕੋਟਰਾਣੀ ਫਗਵਾੜੇ ਤੋਂ, ਭਾਣੂਕੀ ਰੋਡ ਦੇ ਉੱਤੇ ਸਲੰਮ ਸੀਗੀਆਂ। ਅਤੇ ਮੈਂ ਵਾਕ ਕਰਕੇ ਜਦੋਂ ਉੱਥੇ ਜਾਂਦੀ ਸੀ ਤਾਂ ਮੈਂ ਦੇਖਦੀ ਸੀ ਉਹਨਾਂ ਨੂੰ ਵੀ ਉਹ ਕਿੱਦਾਂ, ਉਹਨਾਂ ਕੋਲ ਖਾਣਾ ਨਹੀਂ ਹੈਗਾ, ਸ਼ੂਜ਼ ਨਹੀਂ ਹੈਗੇ, ਕੱਪੜੇ ਨਹੀਂ ਹੈਗੇ। ਸੋ ਫਿਰ ਮੇਰਾ ਦਿਲ ਕਰਦਾ ਸੀ ਉਹਨਾਂ ਦੀ ਹੈਲਪ ਕਰਨ ਨੂੰ। ਸੋ ਮੈਂ ਜਦੋਂ ਵਾਪਸ ਆਈ ਹਾਂ ਇੰਡੀਆ ਤੋਂ, ਮੈਂ ਆਪਣੀ ਫਰੈਂਡਸ ਦੇ ਵਿੱਚ ਬਹਿ ਕੇ, ਆਈ ਹੈਵ ਲੋਟਸ ਆਫ ਫਰੈਂਡਸ, ਦੇ ਆਲ ਹੈਲਪ ਮੀ। ਸੋ ਮੈਂ ਆਪਣੀ ਫਰੈਂਡਸ ਨਾਲ ਗੱਲ ਕੀਤੀ ਕਿ ਆਪਾਂ ਕੁਛ ਕਰੀਏ ਉਹਨਾਂ ਲਈ, ਹੈਲਪ ਕਰੀਏ। ਸੋ ਫਿਰ ਅਸੀਂ 2009 ਦੇ ਵਿੱਚ ਫਸਟ ਫੰਡ ਰੇਜ਼ਰ ਡਿਨਰ ਐਂਡ ਡਾਂਸ ਰੱਖਿਆ। ਅਸੀਂ ਕਿਹਾ ਚਲੋ ਲੈਟਸ ਸੀ, ਸਾਰਿਆਂ ਨੂੰ ਕਹਿੰਦੇ ਹਾਂ ਵੀ ਆਓ, ਹੈ ਨਾ, ਸਾਡੀ ਹੈਲਪ ਕਰੋ। ਅਤੇ ਮੇਰੀਆਂ 345 ਪੀਪਲ, ਲੋਕ ਆਏ, ਮੇਰੀਆਂ ਆਲਮੋਸਟ ਸਾਰੀਆਂ ਫਰੈਂਡਸ ਹੀ ਆ, ਨਾਓ ਦੇ ਆਰ ਆਲ ਮਾਈ ਫੈਮਲੀ ਐਂਡ ਮਾਈ ਫਰੈਂਡ। ਅਤੇ ਉਹਨਾਂ ਉਹ ਆਏ ਅਤੇ ਉਹਨਾਂ ਨੇ ਸਾਨੂੰ ਸਪੋਰਟ ਕੀਤੀ। ਸੋ ਮੈਂ ਫਿਰ ਮੇਰੇ ਫੰਡ ਰੇਜ਼ ਕੀਤਾ, ਐਂਡ ਸਿੰਸ ਦੈਨ ਮੈਂ ਐਵਰੀ ਈਅਰ ਇੰਡੀਆ ਜਾਂਦੀ ਹਾਂ ਅਤੇ ਐਵਰੀ ਈਅਰ ਫੰਡ ਰੇਜ਼ਰ ਹੁੰਦਾ ਹੈ। ਦਿਸ ਇਜ਼ ਦਾ 8th ਫੰਡ ਰੇਜ਼ਰ। ਵੀ ਅਸੀਂ ਜ਼ਿਆਦਾ ਟਰਾਈ ਕਰਦੇ ਹਾਂ ਕਿ ਗਰੋਸਰੀ ਦੇਈਏ ਉਹਨਾਂ ਨੂੰ, ਉਹ ਵੀ ਉਹਨਾਂ ਨੂੰ ਪੁੱਛੀਦਾ ਤੁਸੀਂ ਰਾਈਸ, ਆਟਾ ਅਤੇ ਕਿਹੜੀਆਂ ਦਾਲਾਂ ਤੁਹਾਨੂੰ ਚਾਹੀਦੀਆਂ, ਕਿਹੜਾ ਤੇਲ, ਸਰਸੋਂ ਦਾ ਤੇਲ ਚਾਹੀਦਾ, ਜੋ ਵੀ ਉਹਨਾਂ ਨੂੰ ਚਾਹੀਦਾ ਆ ਅਸੀਂ ਉਹ ਪੈਕ ਕਰਵਾ ਲਈਦਾ ਹੈ। ਅਤੇ ਅਸੀਂ ਈਚ ਸਲੰਮ ਦੇ ਵਿੱਚ ਮੈਂ ਪਰਸਨਲੀ ਜਾ ਕੇ, ਮੇਰੀ ਫਰੈਂਡ ਹੈ ਸੱਤਿਆ, ਬੇਬੀ, ਰੇਖਾ, ਮੈਂ ਉਹਨਾਂ ਦੇ ਨਾਲ ਜਾ ਕੇ ਅਤੇ ਅਸੀਂ ਸਲੰਮਸ ਦੇ ਵਿੱਚ ਈਚ ਸਲੰਮਸ ਦੇ ਵਿੱਚ ਉਹ ਗਰੋਸਰੀ ਦਾ ਪੈਕਟ ਰੱਖੀਦਾ, ਫਿਰ ਉਹਨਾਂ ਨੂੰ ਰਜਾਈਆਂ ਦੇ ਦੀਆਂ ਹੈ। ਪਰ ਹੁਣ ਉਹਨਾਂ ਕੋਲ ਹਰੇਕ ਸਲੰਮਸ ਦੇ ਕੋਲ 2 ਰਜਾਈਆਂ ਹੈਗੀਆਂ, ਆਈ ਮੇਕ ਸ਼ੋਰ ਕਿ ਉਹ ਉਹਨਾਂ ਕੋਲ ਹੈਗੀਆਂ ਆ। ਅਤੇ ਉਹਨਾਂ ਕੋਲ ਬਲੈਂਕਟਸ ਵੀ ਹੈਗੇ ਆ ਹੁਣ, ਪਰ ਉਦੋਂ ਉਹਨਾਂ ਕੋਲ ਕੋਈ ਕੰਬਲ ਨਹੀਂ ਸੀਗੇ, ਕੋਈ ਰਜਾਈਆਂ ਨਹੀਂ ਸੀ ਦੈਨ, ਬਟ ਨਾਓ ਬਿਕੋਜ਼ ਉਹਨਾਂ ਕੋਲ ਰਜਾਈਆਂ ਕੰਬਲ ਹੈਗੇ ਆ, ਹੁਣ ਅਸੀਂ ਮੋਰ ਲਾਈਕ ਫੋਕਸਡ ਫਰੋਮ 2 ਈਅਰਸ, ਸਿੰਸ 2 ਈਅਰਸ ਮੋਰ ਲਾਈਕ ਗਰੋਸਰੀ ਅਤੇ ਸ਼ੂਜ਼ ਅਤੇ ਕੱਪੜੇ। ਜਿਹੜੀ ਸਾਡੇ ਕੋਲ ਪੈਸੇ ਆ, ਜੇ ਅਸੀਂ ਥੋੜ੍ਹਾ ਬਹੁਤਾ ਇਹਨਾਂ ਦੀ ਹੈਲਪ ਕਰ ਸਕਦੇ ਹਾਂ ਅਤੇ ਵੀ ਸ਼ੁੱਡ ਬੀ, ਬਿਕੋਜ਼ ਸਾਡੇ ਕੋਲ ਬਹੁਤ ਆ, ਵੀ ਜਸਟ ਨੀਡ ਕੀ 3 ਟਾਈਮ ਦਾ ਖਾਣਾ ਅਤੇ ਹਾਊਸ ਟੂ ਲਿਵ, ਉਹ ਤੋਂ ਵੱਧ ਇਫ ਵੀ ਕੈਨ ਪਲੀਜ਼ ਲੈਟਸ ਹੈਲਪ ਦੀਸ ਪੀਪਲ ਜਸਟ ਵਿਦ ਫੂਡ। ਇਹਨਾਂ ਨੂੰ ਇੰਨੀ ਖੁਸ਼ੀ ਮਿਲਦੀ ਆ, ਲਾਈਕ ਬਹੁਤ ਖੁਸ਼ ਹੁੰਦੇ ਆ, ਦੇ ਸਮਾਈਲ, ਆਈ ਹੈਵ ਨੈਵਰ ਸੀਨ ਦੈਮ ਕ੍ਰਾਈ। ਮੈਂ ਜਦੋਂ ਜਾਂਦੀ ਹਾਂ ਸਾਲ ਦੇ ਵਿੱਚ 3 ਵੀਕਸ ਲੈ ਜਾਂਦੀ ਹਾਂ, ਅਤੇ ਆਈ ਪਰਸਨਲੀ ਐਵਰੀ ਡੇ, ਐਵਰੀ ਸੈਕਿੰਡ ਡੇ ਮੈਂ ਵਾਕ ਕਰਕੇ ਜਾਂਦੀ ਹਾਂ, ਕਦੇ ਮੈਂ ਦੇਖਿਆ ਨਹੀਂ ਉਹਨਾਂ ਨੂੰ ਰੋਂਦਿਆਂ ਨੂੰ, ਅਤੇ ਫਾਈਨ ਦੇ ਹੈਪੀ ਐਂਡ ਆਈ ਗੈਟ ਸੈਟਿਸਫੈਕਸ਼ਨ। ਮੈਂ ਉਹਨਾਂ ਤੋਂ ਲਰਨ ਕਰਦੀ ਹਾਂ। ਮੇਰਾ ਵਿਚਾਰ ਇਹ ਆ ਕਿ ਅੱਗੇ ਜਾ ਕੇ ਮੈਂ ਆਪਣਾ ਔਰਫਨੇਜ ਉੱਥੇ ਖੋਲ੍ਹਾਂ ਅਤੇ ਸਕੂਲ, ਅਤੇ ਔਰਫਨੇਜ ਅਤੇ ਸਕੂਲ ਇਕੱਠਾ ਹੀ ਖੋਲੂੰਗੀ ਵੱਡੀ ਜਿਹੀ ਜਗ੍ਹਾ ਦੇ ਵਿੱਚ, ਭਾਵੇਂ ਪਿੰਡ ਦੇ ਵਿੱਚ ਮੈਨੂੰ ਜਗ੍ਹਾ ਮਿਲ ਜਾਏ। ਕਿਉਂਕਿ ਇਹ ਭਾਣੂਕੀ ਦੇ ਜਿਹੜੇ ਇਹ 100 ਸਲੰਮਸ ਆ ਜਾਂਦੇ, ਜਿਹੜੇ ਬੱਚੇ ਆ ਜਦੋਂ ਮੈਂ ਇਹਨਾਂ ਨੂੰ ਦੇਖਦੀ ਹਾਂ, ਇਹਨਾਂ ਦੀ ਹਾਲਤ ਬਹੁਤ ਬੁਰੀ ਆ, ਇਹਨਾਂ ਨੂੰ ਐਜੂਕੇਸ਼ਨ ਸਕੂਲ 'ਚ ਮਿਲਦੀ ਨਹੀਂ, ਕਿਉਂਕਿ ਜਿਹੜੇ ਗਵਰਮੈਂਟ ਸਕੂਲ ਆ ਉਹ ਵੀ ਨਹੀਂ ਇਹਨਾਂ ਨੂੰ ਆਉਣ ਦਿੰਦੇ, ਕਿਉਂਕਿ ਦੇ ਸਮੈਲ, ਹੈ ਨਾ, ਕਿਉਂਕਿ ਇਹਨਾਂ ਕੋਲ ਪਾਣੀ ਨਹੀਂ ਹੈਗਾ ਨਹਾਉਣ ਲਈ, ਅਤੇ ਦੇ ਡੋਂਟ ਹੈਵ ਫੂਡ, ਹੈਲਥੀ ਨਹੀਂ ਹੈਗੇ, ਹੈ ਨਾ। ਸੋ ਮੈਂ ਸਕੂਲ ਖੋਲ੍ਹ ਕੇ, ਅਤੇ ਔਰਫਨੇਜ ਹੋਵੇ, ਸਕੂਲ ਹੋਵੇ, ਉਹਨਾਂ ਨੂੰ ਖਾਣਾ ਮਿਲੇ, ਉਹਨਾਂ ਨੂੰ, ਮੈਂ ਆਪ ਪਰਸਨਲੀ ਉੱਥੇ ਰਹਿਣਾ ਚਾਹੁੰਦੀ ਹਾਂ, ਉੱਥੇ ਰਹਿਣਾ ਚਾਹੁੰਦੀ ਹਾਂ, ਉੱਥੇ ਰਹਿਣਾ ਚਾਹੁੰਦੀ ਹਾਂ।